ਸਵਾਗਤ ਹੈ ਇੱਕ ਵਾਰ ਫੇਰ ਤੁਹਾਡੇ ਆਪਣੇ ਚੈਨਲ ਐਸੋਮੈਟਿਕੀ ਸੋਲੂਸ਼ਨ ਤੇ ਅੱਜ ਗੱਲ ਕਰਾਂਗੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਜਿਹੜੀਆਂ ਨੈਪ ਤਹਿਸੀਲਦਾਰ ਡਿਪਾਰਟਮੈਂਟ ਆਫ ਰਿਵੈਨਿਊ ਦੇ ਵਿੱਚ ਆਈਆਂ ਹੋਈਆਂ ਨੇ ਪੋਸਟਾਂ ਉਹਨਾਂ ਬਾਰੇ ਗੱਲ ਕਰਾਂਗੇ ਆਨਲਾਈਨ ਪੋਸਟਾਂ ਨੇ ਸਭ ਤੋਂ ਪਹਿਲਾਂ ਪਰ ਰਿਜ਼ਰਵੇਸ਼ਨ ਆਫ ਕੈਟਾਗਰੀਜ਼ ਪੋਸਟਾਂ ਦੀ ਕਰਦੇ ਆਂਗੇ ਜਰਨਲ ਦੀਆਂ 27 ਨੇ ESM 7 ਫਰੀडम ਇੱਕ ਸਪੋਰਟਸ ਕੋਟੇ ਦੀ ਇੱਕ ਪਰਸਨ ਵਿਦ 디ਸੇਬਿਲਟੀ ਲਗ ਲਗ ਕੈਟਾਗਰੀ ਦੇ ਮੁਤਾਬਕ 4 ਸ਼ੈਡਿਊਲ ਕਾਸਟ 8 ਸ਼ੈਡਿਊਲ ਕਾਸਟ ईएसएम 1 ਬਾਲਮਿਕੀ ਮਜਬੀ ਸਿੱਖ ਪੰਜਾਬ 7 ਬਾਲਮਿਕੀ ਮਜਬੀ ਸਿੱਖ ईएसएम 2 ਬੈਕਵਰਡ ਕਲਾਸ 9 ਬੈਕਵਰਡ ईएसएम 2 ਇਕਨੋਮਿਕਲੀ ਵੀਕਰ ਸੈਕਸ਼ਨ 2 8 ਟੋਟਲ 78 ਪੋਸਟਾਂ ਨੇ ਤੇ 24 ਇਹਨਾਂ ਦੇ ਵਿੱਚੋਂ ਜਿਹੜੀਆਂ ਨੇ ਲੇਡੀਆਂ ਦੇ ਲਈ ਨੇ 34000 ਜਾਂ 35400 ਰੁਪਏ ਤੋਂ ਦੀ ਤਨਖਾਹ ਹੋਗੀ ਤੇ ਕੁਆਲੀਫਿਕੇਸ਼ਨ ਤੁਹਾਡਾ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ 10ਵੀਂ ਦੇ ਵਿੱਚ ਪੰਜਾਬੀ ਪਾਸ ਹੋਣਾ ਲਾਜ਼ਮੀ ਆ ਇਹਦਾ ਜਿਹੜੀ 18 ਤੋਂ 37 ਸਾਲ ਦੇ ਵਿੱਚ ਤੁਹਾਡੀ ਹੋਣੀ ਚਾਹੀਦੀ ਹੈਗੀ 18 ਤੋਂ 37 ਦੇ ਵਿੱਚ ਵਿੱਚ ਰੈਲੈਕਸੇਸ਼ਨ ਐਸ ਪਰ ਗਵਰਨਮੈਂਟ ਰੂਲ ਦੇ ਪੇਪਰ ਦੀ ਗੱਲ ਕਰੀਏ ਤਾਂ 300 ਨੰਬਰਾਂ ਦਾ ਤੁਹਾਡਾ ਪੇਪਰ ਹੋਊਗਾ 120 ਕੁਐਸਚਨ ਹੋਣਗੇ 2 ਘੰਟਿਆਂ ਦਾ ਸਮਾਂ ਹੋਊਗਾ 2.5 ਨੰਬਰਾਂ ਦਾ ਇੱਕ ਕੁਐਸਚਨ ਹੋਊਗਾ ਤੇ ਨਾਲ ਹੀ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ ਵੀ ਕੋਈ ਵੀ ਨੈਗੇਟਿਵ ਮਾਰਕਿੰਗ ਇਸ ਪੇਪਰ ਦੇ ਵਿੱਚ ਨਹੀਂ ਹੋਊਗੀ ਤੇ ਸਿਲੇਬਸ ਦੀ ਗੱਲ ਕਰੀਏ ਕੁਐਸਚਨ ਜਿਹੜਾ ਲੌਜੀਕਲ ਰੀਜਨਿੰਗ ਤੇ ਮੈਂਟਲ ਐਬਿਲਿਟੀ 40 ਨੰਬਰਾਂ ਦੇ ਕਰੰਟ ਅਫੇਅਰ ਨੈਸ਼ਨਲ ਇੰਟਰਨੈਸ਼ਨਲ ਜਨਰਲ ਨੋਲਜ 80 ਨੰਬਰਾਂ ਦੀ ਟੋਟਲ 120 ਕੁਐਸਚਨ ਹੋਣਗੇ ਨੋ ਨੈਗੇਟਿਵ ਮਾਰਕਿੰਗ ਚਾਹੀਏ ਕੋਈ ਛੱਡ ਕੇ ਆਓ ਜਾਂ ਗਲਤ ਲਾਓ ਕੋਈ ਵੀ ਨਹੀਂ ਲਾਸਟ ਡੇਟ ਦੀ ਗੱਲ ਕਰੀਏ ਆਪਾਂ 8 1 2021 ਤੋਂ ਸਟਾਰਟ ਹੋ ਲਾਸਟ ਡੇਟ ਆ 8 1 2021 ਤੇ ਫੀਸ ਦੀ 15 1 2021 ਲਾਸਟ ਡੇਟ ਆ ਉਸ ਤੋਂ ਪਹਿਲਾਂ ਪਹਿਲਾਂ ਫਾਰਮ ਅਪਲਾਈ ਕਰਨੇ ਨੇ ਫੀਸ ਆ ਜਿਹੜੀ ਸ਼ੈਡਿਊਲ ਕਾਸਟ ਟ੍ਰਾਈਬਿਊਟ ਬੈਕਵਰਡ ਕਲਾਸ ਆਫ ਪੰਜਾਬ 1125 ਐਕ ਸਰਵਿਸਮੈਨ 500올 अदर ਕੈਟੇਗਰੀ 3000 ਪਰਸਨ ਵਿਦ ਡਿਸੇਬਿਲਟੀ ਫਿਜ਼ੀਕਲ ਹੈਂਡੀਕੈਪਟ ਸਟੇਟ ਓਨਲੀ 1750 ਜਿਹੜੀ ਕਿ 15 1 2021 ਤੋਂ ਪਹਿਲਾਂ ਪਹਿਲਾਂ ਭਰਨੀ ਹੈ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਵੱਧ ਤੋਂ ਵੱਧ ਕਰੋ ਤਿਆਰੀ ਦੇ ਲਈ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਥੈਂਕਸ